ਅਸੀਂ ਕਲਾਸ ਚ ਕਿ ਕੁਝ ਚੁੱਕ 100 ਸੁਪਲੇਟ ਸਟਾਰਟ ਕੀਤਾ ਪਹਿਲੇ ਉਹਨੂੰ ਕੰਪਲੀਟ ਕਰ ਲਓ ਪਹਿਲੇ ਇੰਟਰੋਡਕਸ਼ਨ ਪੈਰਾ ਇੰਟਰੋਡਕਸ਼ਨ ਪੈਰੇ ਦੇ ਇੰਟਰੋਡਕਸ਼ਨ ਪੈਰੇ ਵਿੱਚ ਕੀ ਦੱਸਣਾ ਹੈ ਜੋ ਤੁਸੀਂ ਮਿੱਠਤ ਨੀਵੀ ਨਾਨਕਾ ਗੁੰਚਿਆ ਹੈ ਤਾਂ ਮਾਂਜੀ ਤੇ ਜਪੀਰ ਤੇ ਲਿਖਿਆ ਸੀ ਕਿ ਮਨੁੱਖ ਇਸ ਸੰਸਾਰ ਦਾ ਸ੍ਰੇਸ਼ਟ ਜੀਵ ਹੈ ਉਹਨੂੰ ਜ਼ਿਆਦਾ ਬੋਲਣਾ ਸੋਭਾ ਨਹੀਂ ਦਿੰਦਾ ਜ਼ਿਆਦਾ ਬੋਲਣ ਦੇ ਨਾਲ ਅਸੀਂ ਆਪਣੀ ਸਿਹਤ ਦਾ ਨੁਕਸਾਨ ਕਰਦੇ ਹਾਂ ਤੇ ਅਸੀਂ ਜ਼ਿੰਦਗੀ ਵਿੱਚ ਸਫਲ ਨਹੀਂ ਹੋ ਸਕਦੇ ਫਿਰ ਆਪਾਂ ਗੱਲ ਕੀਤੀ ਜ਼ਿਆਦਾ ਬੋਲਣ ਦੇ ਨੁਕਸਾਨ ਔਰ ਥੋੜ੍ਹਾ ਬੋਲਣ ਦੇ ਲਾਭ ਇਹਦੇ ਨਾਲ ਆਪਾਂ ਗੁਰਬਾਣੀ ਦੇ ਹਵਾਲੇ ਦਿੱਤੇ ਕਿ ਬੋਲਣ ਨਾਲੋਂ ਮੂਰਖ ਨਾਲੋਂ ਚੁੱਪ ਚੰਗੇਰੀ ਬੋਲਤ ਬੋਲਤ ਬੜੇ ਪਿਕਾਰਾ ਸੰਤ ਮਿਲੇ ਆਪਾਂ ਲਾਸਟ ਇੱਥੇ ਕੀਤਾ ਸੀ ਸੰਤ ਮਿਲੀਏ ਕੁਛ ਕਹੀਏ ਸੁਣੀਏ ਇੱਕ ਚੁੱਪ ਬਹੁਤ ਸੰਤ ਮਿਲੀਏ ਕੁਛ ਕਹੀਏ ਸੁਣੀਏ ਮਿਲੇ ਅਸਤ ਮਸ਼ਟ ਹੋ ਰਹੀ ਹੈ ਮਸ਼ਟ ਨਹੀਂ ਚੁੱਪ ਹੋ ਰਹੀ ਹੈ ਸੰਤ ਮਿਲੇ ਕੁਛ ਕਹੀਏ ਸੁਣੀਏ ਕੁਛ ਆਪਣੀ ਕਹੀਏ ਕੁਛ ਸੁਣੀਏ ਕਿਹਨਾਂ ਦੀ ਸੰਗਤ ਵਿੱਚ ਮਹਾਂਪੁਰਖਾਂ ਦੀ ਸੰਗਤ ਵਿੱਚ ਪਰ ਜੇਕਰ ਸਾਨੂੰ ਜੇਕਰ ਸਾਨੂੰ ਕੋਈ ਝੂਠਾ ਇਨਸਾਨ ਮਿਲ ਜਾਏ ਤਾਂ ਅਸੀਂ ਚੁੱਪ ਕਰਕੇ ਉਦੋਂ ਉਸਨੂੰ ਨਜ਼ਰ ਅੰਦਾਜ਼ ਕਰ ਦਈਏ ਨੈਕਸਟ ਬੇਟੇ ਚੁੱਪ ਰਹਿਣ ਦੇ ਨੁਕਤੇ ਅਗਲਾ ਪੁਆਇੰਟ ਲਿਖੋ ਚੁੱਪ ਰਹਿਣ ਦੇ ਨੁਕਤੇ ਚੁੱਪ ਰਹਿਣ ਦੇ ਲਈ ਕਿਹੜੇ ਨੁਕਤੇ ਅਪਣਾਏ ਜਾਣ ਜਿਸ ਨਾਲ ਕਿ ਅਸੀਂ ਥੋੜਾ ਬੋਲੀਏ ਸੋਹਣਾ ਬੋਲੀਏ ਜਿੰਨੀ ਜ਼ਰੂਰਤ ਹੈ ਓਨਾ ਹੀ ਬੋਲੀਏ ਔਰ ਕਦੀ ਕਿਸੇ ਨਾਲ ਪਰਖਤ ਸ਼ਬਦ ਵਰਤੋਂ ਵਿੱਚ ਨਾ ਲਿਆਈਏ ਪੋਟੇਸ਼ੀਅਮ ਲਿਖੋ ਮੁਖ ਤੋਂ ਕੋੜੇ ਵਚਨ ਨਾ ਬੋਲੋ ਜੋ ਵੀ ਬੋਲੋ ਪਹਿਲਾਂ ਧੋਲੋ ਫਿਰ ਬੋਲੋ ਮੁਖ ਤੋਂ ਕਦੇ ਕੋੜੇ ਵਚਨ ਨਾ ਬੋਲੋ ਜੋ ਵੀ ਬੋਲੋ ਪਹਿਲਾਂ ਧੋਲੋ ਫਿਰ ਬੋਲੋ ਪਹਿਲਾਂ ਸੋਚੋ ਥਿੰਕ ਬਿਫੋਰ ਯੂ ਸਪੀਕ ਫਿਰ ਤੁਸੀਂ ਬੋਲ ਸਕਦੇ ਹੋ ਠੀਕ ਹੈ ਕਲੀਅਰ ਹੈ ਬੇਟੇ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ ਜੇ ਸ਼ਬਦ ਨਾ ਬੋਲੋ ਜਿਹੜੇ ਦੂਜੇ ਨੂੰ ਟੀਜ਼ ਕਰਨ ਦੂਜੇ ਨੂੰ ਤੰਗ ਕਰਨ ਦੂਜੇ ਦਾ ਮਜ਼ਾਕ ਬਣਾਉਣ ਠੀਕ ਹੈ ਕਿਸੇ ਨੂੰ ਟੋਰਚਰ ਕਰਨ ਵਾਲੇ ਸ਼ਬਦ ਨਾ ਬੋਲੇ ਜਾਣ ਕਦੀ ਵੀ ਮੂੰਹ ਤੋਂ ਬੇਟੇ ਲਿਖੋ ਚੁੱਪ ਰਹਿਣ ਦੇ ਨੁਕਤੇ ਕਦੀ ਵੀ ਮੂੰਹ ਤੋਂ ਮਾੜੇ ਸ਼ਬਦ ਕੋੜੇ ਵਚਨ ਨਾ ਬੋਲੋ ਪਹਿਲਾਂ ਸੋਚ ਲਵੋ ਕਿ ਮੇਰੇ ਬੋਲਣ ਦਾ ਦੂਜੇ ਤੇ ਕੀ ਅਸਰ ਹੋਏਗਾ ਜ਼ਿਆਦਾ ਬੋਲਣ ਵਾਲੇ ਹਮੇਸ਼ਾ ਦੁਖਦਾਈ ਜੀਵਨ ਹੀ ਬਤੀਤ ਕਰਦੇ ਹਨ ਉਹ ਹਮੇਸ਼ਾ ਆਪਣੇ ਲਈ ਕੰਡੇ ਬੀਜਦੇ ਹਨ ਬੇਟੇ ਆਪਣੀ ਲੈਂਗੁਏਜ ਲਿਖਣਾ ਜਿਹੜਾ ਇਨਸਾਨ ਜ਼ਿਆਦਾ ਬੋਲਦਾ ਬਿਨਾਂ ਸੋਚੇ ਸਮਝੇ ਬੋਲਦਾ ਉਹ ਆਪਣੇ ਲਈ ਵੀ ਮੁਸ਼ਕਲਾਂ ਪੈਦਾ ਕਰਦਾ ਹੈ ਤੇ ਦੂਜਿਆਂ ਦੇ ਕੰਮ ਵਿੱਚ ਵੀ ਵਿਘਨ ਪਾਉਂਦਾ ਹੈ ਜਿਹੜਾ ਜ਼ਿਆਦਾ ਬੋਲਦਾ ਹੈ ਆਪਣੇ ਲਈ ਕੰਡੇ ਬੀਜਦਾ ਹੈ ਕੰਡੇ ਬੀਜਣਾ ਮੁਹਾਵਰਾ ਮੁਸ਼ਕਲਾਂ ਪੈਦਾ ਕਰਦਾ ਔਰ ਦੂਜਿਆਂ ਦੇ ਰਾਹ ਵਿੱਚ ਵੀ ਵਿਘਨ ਪਾਉਂਦਾ ਰੁਕਾਵਟ ਸਿੱਧ ਹੁੰਦਾ ਹੈ ਔਰ ਲੜਾਈ ਝਗੜੇ ਦਾ ਕਾਰਨ ਬਣਦਾ ਨੈਕਸਟ ਇੱਥੇ ਕੋਟੇਸ਼ਨ ਲਿਖੋ ਇੱਕ ਅਖਾਣ ਹੈ ਤਲਵਾਰ ਦਾ ਫੱਟ ਤਾਂ ਚੱਲਿਆ ਜਾਂਦਾ ਪਰ ਜ਼ੁਬਾਨ ਦਾ ਫੱਟ ਨਹੀਂ ਜਾਂਦਾ ਇਹਦਾ ਭਾਵ ਕੀ ਹੈ ਕਿ ਜੇ ਕਿਸੇ ਨੇ ਕਿਸੇ ਤੇ ਤਲਵਾਰ ਦਾ ਵਾਰ ਕੀਤਾ ਉਹ ਤਾਂ ਸਮਾਂ ਪਾ ਕੇ ਭਰ ਜਾਏਗਾ ਜ਼ਖਮ ਪਰ ਜਿਹੜੇ ਜ਼ੁਬਾਨ ਦੇ ਬੋਲੇ ਉਹ ਜ਼ਿੰਦਗੀ ਭਰ ਦੇ ਰਿਸ਼ਤਿਆਂ ਨੂੰ ਖਤਮ ਕਰ ਦਿੰਦੇ ਇਹਦਾ ਭਾਵ ਇਹ ਠੀਕ ਹੈ ਇੱਥੇ ਕੋਟੇਸ਼ਨ ਕੀ ਲਿਖੋਗੇ ਅਖਾਣ ਹੈ ਤਲਵਾਰ ਦਾ ਫੱਟ ਤਾਂ ਚਲੇ ਜਾਂਦਾ ਹੈ ਪਰ ਜ਼ੁਬਾਨ ਦਾ ਫੱਟ ਨਹੀਂ ਮਿਲਦਾ ਫੱਟ ਮੀਨਸ ਜ਼ਖਮ ਤਲਵਾਰ ਦਾ ਫੱਟ ਤਾਂ ਮਿਲ ਜਾਂਦਾ ਹੈ ਪਰ
ਜ਼ੁਬਾਨ ਦਾ ਫੱਟ ਨਹੀਂ ਮਿਲਦਾ। ਇਸ ਕਰਕੇ ਬਾਬਾ ਫਰੀਦ ਜੀ ਨੇ ਵੀ ਮਨੁੱਖ ਨੂੰ ਬੁਰਾ ਕਰਨ ਵਾਲੇ ਦੇ ਪ੍ਰਤੀ ਆਪਣਾ ਵਿਵਹਾਰ ਸ਼ੁੱਧ ਰੱਖਣ ਦੀ ਬੇਨਤੀ ਕੀਤੀ ਹੈ। ਕੀ ਲਿਖਿਆ ਸਲੋਕ? ਫਰੀਦਾ ਬੁਰੇ ਦਾ ਭਲਾ ਕਰ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ ਕਿ ਜੇ ਤੈਨੂੰ ਕੋਈ ਬੁਰਾ ਕਰਦਾ ਹੈ ਉਹਦਾ ਭਲਾ ਕਰ, ਉਹਦੇ ਪ੍ਰਤੀ ਗੁੱਸੇ ਦੀ ਭਾਵਨਾ ਨਾ ਲੈ ਕੇ ਆ, ਇਹਦਾ ਕੀ ਫਾਇਦਾ ਹੋਏਗਾ। ਅਗਲੀ ਲਾਈਨ ਚ ਬਾਬਾ ਜੀ ਨੇ ਕੀ ਕਿਹਾ, ਦੇਹੀ ਰੋਗ ਨਾ ਲੱਗੇ ਪੱਲੇ ਸਭ ਕੁਛ ਪਾਏ। ਇਹਦਾ ਫਾਇਦਾ ਕੀ ਹੋਊਗਾ, ਸਰੀਰ ਨੂੰ ਕੋਈ ਰੋਗ ਨੀ ਲੱਗੇਗਾ ਔਰ ਪੱਲੇ ਸਭ ਕੁਛ ਪਾਏ, ਸਾਰੇ ਅਣਗਿਣਤ ਸੁੱਖਾਂ ਦੀ ਪ੍ਰਾਪਤੀ ਹੋਏਗਾ। ਲਿਖੋ ਬੇਟੇ ਫਰੀਦਾ ਬੁਰੇ ਦਾ ਭਲਾ ਕਰ। ਇਹ ਕੋਟੇਸ਼ਨ ਤੁਹਾਡੀ ਮਨ ਜਿੱਤੇ ਜੱਜੀ ਚ ਵੀ ਆ ਜਾਣੀ ਹੈ। ਇਹ ਕੋਟੇਸ਼ਨ ਤੁਹਾਡੀ ਮਿੱਠਾ ਨਿਵੀ ਨਾਨਕਾ ਗੁੰਜ ਗਿਆ ਤਾਂ ਉੱਥੇ ਵੀ ਮਿਠਾਸ ਤੇ ਨਿਮਰਤਾ ਦਾ ਕੀ ਭਾਵ ਹੈ, ਕੋੜੇ ਵਚਨ ਨਹੀਂ ਬੋਲਣੇ। ਉੱਥੇ ਸਿਮਲ ਦੇ ਰੁੱਖ ਨਾਲ ਆਪਾਂ ਉਦਾਹਰਣ ਦਿੱਤੀ ਗੁਰੂ ਨਾਨਕ ਦੇਵ ਜੀ ਨੇ। ਆਪਾਂ ਨੈਕਸਟ ਵੀਕ ਸਾਰੇ ਲੇਖ ਰਿਵਾਈਜ਼ ਕਰਨੇ ਆ, ਤਾਂ ਹਰੇਕ ਲੇਖ ਗੁਰਬਾਣੀ ਦੀ ਹਰੇਕ ਟੁੱਕ ਇੱਕ ਦੂਜੇ ਨਾਲ ਕੋ ਰਿਲੇਟ ਕਰਦੀ ਹੈ। ਠੀਕ ਹੈ ਬੱਚੇ? ਕੋੜੇ ਬੋਲ ਬੋਲਣ ਤੋਂ
ਕਦੀ ਕਿਸੇ ਨਾਲ ਜ਼ਿਆਦਤੀ ਨਾ ਕਰੋ, ਜ਼ਿਆਦਤੀ ਨਾ ਕਰੋ। ਅਜਿਹਾ ਕਰਕੇ ਅਸੀਂ ਜ਼ਿੰਦਗੀ ਵਿੱਚ ਆਪਣਾ ਜੀਵਨ ਸ਼ਾਂਤ ਤੇ ਖੁਸ਼ਹਾਲ ਬਣਾ ਸਕਦੇ ਹਾਂ ਅਤੇ ਦੂਸਰਿਆਂ ਦੇ ਅੱਗੇ ਵੀ ਚੰਗਾ ਪ੍ਰਭਾਵ ਪਾ ਸਕਦੇ ਹਾਂ, ਖੁਸ਼ਹਾਲ ਬਣਾ ਸਕਦੇ ਹਾਂ। ਹੁਣ ਆਪਾਂ ਗੱਲ ਕਰੀਏ, ਇਹ 10th ਦਾ ਟੌਪਿਕ ਵੀ ਹੈ, 10th ਕਲਾਸ ਦਾ ਸੋਕਿਓ ਮੰਡਾ ਕੀ ਹੈ ਜੋ ਚੰਗੇ ਆਦਾ ਕਿਸੇ ਬਾਰੇ ਹੈ ਤੁਸੀਂ ਦੱਸ ਸਕਦੇ ਹੋ, ਕਿਸ ਨੂੰ ਮੰਦਾ ਕਹਿਣ ਤੋਂ ਬਚਿਆ ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ। ਜਿਸਦਾ ਅਰਥ ਹੈ ਗੁਰੂ ਨਾਨਕ ਦੇਵ ਜੀ ਨੇ ਔਰਤ ਦੀ ਮਹਾਨਤਾ ਦੱਸਣ ਲਈ, ਔਰਤ ਨੂੰ ਮੰਦਾ ਬੋਲਣ ਤੋਂ ਬਚਣ ਲਈ ਅਕੱਟ ਦਲੀਲਾਂ ਪੇਸ਼ ਕੀਤੀਆਂ। ਅਕੱਟ ਦਲੀਲਾਂ, ਔਰਤ ਇੱਕ ਪੈਰੇ ਚ ਪਹਿਲੇ ਸਮਝ ਲਓ, ਗੁਰੂ ਨਾਨਕ ਦੇਵ ਜੀ ਦੀਆਂ ਤੁਕਾਂ ਨੇ ਭੰਡ ਜੰਮੀਏ ਭੰਡ ਨਿਮੀਏ ਭੰਡ ਮੰਗਣ ਵਿਆਹੋ, ਭੰਡ ਸ਼ਬਦ ਗੁਰਬਾਣੀ ਵਿੱਚ ਇਸਤਰੀ ਲਈ ਆਇਆ। ਇਹ 10th ਕਲਾਸ ਦਾ ਪੂਰਾ ਟੌਪਿਕ ਹੈ, ਇਸਤਰੀ ਜਨਮਦਾਤੀ ਹੈ, ਇਸਤਰੀ ਪਾਲਣਹਾਰੀ ਹੈ। ਇਹ ਤੁਹਾਨੂੰ ਸਭ ਸਮਝ ਆਉਂਦੀ ਹੈ, ਤੁਸੀਂ ਘਰ ਦੇ ਵਿੱਚ ਆਪਣੀ ਮਦਰ ਦਾ ਪਿਆਰ ਪੂਰਾ ਲਿਆ ਹੋਇਆ। ਇਸਤਰੀ ਜਨਮਦਾਤੀ, ਇਸਤਰੀ ਪਾਲਣਹਾਰੀ, ਇਸਤਰੀ ਨਾਲ ਮੰਗਣੀ ਹੁੰਦੀ ਹੈ, ਇਸਤਰੀ ਨਾਲ ਵਿਆਹ ਹੁੰਦਾ ਹੈ, ਇਸਤਰੀ ਹੀ ਇਸਤਰੀ ਨੂੰ ਪੈਦਾ ਕਰਦੀ ਹੈ। ਇਸਤਰੀ ਤੋਂ ਬਿਨਾਂ ਸੰਸਾਰ ਵਿਕਾਸ ਨਹੀਂ ਕਰ ਸਕਦਾ, ਜੇ ਇਸਤਰੀ ਨਾ ਹੋਏ ਤਾਂ ਸੰਸਾਰ ਦਾ ਵਿਕਾਸ ਰੁਕ ਜਾਏਗਾ। ਇਸ ਕਰਕੇ ਅਜਿਹੀ ਇਸਤਰੀ ਨੂੰ ਕਦੇ ਵੀ ਮੰਦਾ ਨਾ ਬੋਲਿਆ ਜਾਵੇ। ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ, ਰਾਜਾਨ ਦਾ ਮਤਲਬ ਹੈ ਜਿਹੜੀ ਰਾਜਿਆਂ ਮਹਾਰਾਜਿਆਂ ਦੀ ਜਨਨੀ ਹੈ, ਜਿਸ ਦੀ ਕੁੱਖ ਵਿੱਚੋਂ ਰਾਜੇ ਮਹਾਰਾਜੇ ਪੈਦਾ ਹੋਏ ਨੇ। ਲਿਖੋ ਬੇਟੇ ਇੰਟਰੋਡਕਸ਼ਨ ਪੈਰਾ, ਇੰਟਰੋਡਕਸ਼ਨ ਪੈਰਾ। ਇੰਟਰੋਡਕਸ਼ਨ ਪੈਰਾ ਸੇਮ, ਮਨੁੱਖੀ ਸ੍ਰਿਸ਼ਟੀ ਦਾ ਸਭ ਤੋਂ ਸ੍ਰੇਸ਼ਟ ਜੀਵ, ਅਨਮੋਲ ਦਾਤ, ਸੰਸਾਰ ਦੀ ਅਨਮੋਲ ਦਾਤ ਮਨੁੱਖ ਹੋਇਆ। ਪਰ ਮਨੁੱਖ ਦੀ ਜਨਮਦਾਤੀ ਕੌਣ ਹੈ? ਇਸਤਰੀ। ਭੂਮਿਕਾ ਬੇਟੇ ਸੇਮ ਹੈ ਜੋ ਆਪਾਂ ਇੰਟਰੋਡਕਸ਼ਨ ਪੈਰਾ ਸਾਰੇ ਗੁਰਬਾਣੀ ਦੀਆਂ ਤੁਕਾਂ ਵਾਲਾ ਕੀਤਾ ਹੈ। ਮਨੁੱਖ ਦੀ ਜਨਮਦਾਤੀ ਇਸਤਰੀ ਹੈ। ਸੰਸਾਰ ਨੂੰ ਵਿਕਾਸ ਦੇ ਰਸਤੇ ਤੇ ਲਿਜਾਉਣ ਵਾਲੀ ਇਸਤਰੀ ਹੈ। ਇੰਟਰੋਡਕਸ਼ਨ ਪੈਰਾ ਲਿਖੋ ਬੇਟੇ, ਸੰਸਾਰ ਨੂੰ ਵਿਕਾਸ ਦੇ ਰਸਤੇ ਤੇ ਲਿਜਾਉਣ ਵਾਲੀ ਇਸਤਰੀ ਹੈ। ਅਜਿਹੀ ਇਸਤਰੀ ਜੋ ਕਿ ਜਗਤ ਜਨਨੀ ਹੈ, ਘਰ ਦਾ ਸ਼ਿੰਗਾਰ ਹੈ, ਘਰ ਦੀ ਰੌਣਕ ਹੈ। ਅਜਿਹੀ ਇਸਤਰੀ ਨੂੰ ਕਦੇ ਵੀ ਮੰਦਾ ਨਾ ਬੋਲਿਆ ਜਾਏ। ਅੱਗੇ ਲਿਖੋ ਤੁਕ ਦਾ ਅਰਥ ਬੇਟੇ, ਤੁਹਾਡੀ ਬੁੱਕ ਤੇ 292 ਪੇਜ ਤੁਕ ਦਾ ਅਰਥ
ਇਹ ਤੁਕ ਸੋ ਕਿਉ ਮੰਦਾ ਆਖੇ ਤੁਕ ਗੁਰੂ ਨਾਨਕ ਦੇਵ ਜੀ ਜੋ ਸਿੱਖਾਂ ਦੇ ਪਹਿਲੇ ਗੁਰੂ ਹੋਏ ਹਨ ਉਹਨਾਂ ਦੀ ਉਚਾਰੀ ਹੋਈ ਹੈ ਉਹਨਾਂ ਦੀ ਪ੍ਰਸਿੱਧ ਬਾਣੀ ਐਸਾ ਦੀ ਵਾਰ ਐਸਾ ਦੀ ਵਾਰ ਐਸਾ ਦੀ ਵਾਰ ਵਿੱਚੋਂ ਲਈ ਗਈ ਹੈ ਜਿਸ ਦਾ ਅਰਥ ਹੈ ਕਦੇ ਵੀ ਔਰਤ ਨੂੰ ਮੰਦਾ ਨਾ ਬੋਲਿਆ ਜਾਏ ਔਰਤ ਦਾ ਅਪਮਾਨ ਨਾ ਕੀਤਾ ਜਾਏ ਔਰਤ ਦੀ ਮਹਾਨਤਾ ਦੱਸਣ ਲਈ ਔਰਤ ਨੂੰ ਮਹਾਨ ਦਰਸਾਉਂਦੇ ਹੋਏ ਗੁਰੂ ਨਾਨਕ ਦੇਵ ਜੀ ਨੇ ਅਕਟ ਦਲੀਲਾਂ ਪੇਸ਼ ਕੀਤੀਆਂ ਹਨ ਈਜ਼ੀ ਲੈਂਗੁਏਜ ਚ ਲਿਖੋ ਬੇਟੇ ਅਕਟ ਦਲੀਲਾਂ ਪੇਸ਼ ਕੀਤੀਆਂ ਹਨ ਇੱਥੇ ਲਾਈਨਸ ਲਿਖੋ ਕੋਟੇਸ਼ਨ ਲਿਖੋ ਬੇਟੇ ਖੁਦ ਦਾ ਅਰਥ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਦੀ ਮਹਾਨਤਾ ਦਰਸਾਉਂਦੇ ਹੋਏ ਜ਼ੋਰਦਾਰ ਆਵਾਜ਼ ਉਠਾਈ ਹੈ ਆਪਣੀ ਆਪਣੀ ਲੈਂਗੁਏਜ ਲਿਖੋ ਔਰਤ ਦੇ ਹੱਕ ਵਿੱਚ ਆਵਾਜ਼ ਉਠਾਈ ਹੈ ਇੱਥੇ ਕੋਟੇਸ਼ਨ ਲਿਖੋ ਭੰਡ ਜੰਮੀ ਹੈ ਭੰਡ ਮਿੰਦ ਹੈ ਅਜਿਹੀ ਬੇਪਤੀ ਕੀਤੀ ਇਸਤਰੀਆਂ ਦੀ ਤਾਂ ਗੁਰੂ ਨਾਨਕ ਦੇਵ ਜੀ ਨੇ
आवाज उठाई इतनी मार पेट पर लगे टैकी दर्द ना आया ठीक है क्लियर है कि बाबर ने की किया अपने सिपाहियों ने हुक्म दे दिया कि किन्हों निशाना बनाया औरतन उस समय गुरु नानक देव जी ने दुखी होके परमात्मा को लंबा दिता परमात्मा को लंबा देते हुए क्या सी इतनी मार पई को लाने नोट कर लो कोटेशन पिछोकड़ इतनी मार पई को लाने टैंकी दर्द ना आया पिछोकर पिछला इतिहास पिछला जीवन नेक्स्ट लिखो बेटे महापुरखां ते गुरुआं दा योगदान महापुरखां ते गुरुआं दा योगदान औरत दे उपर हो रहे जुल्मां नूं नत्थ पाउण लई औरत दे उपर हो रहे जुल्मां नूं रोकण लई गुरु साहिबान सब तों पहले गुरु गुरु नानक देव जी ने जोरदार आवाज उठाया कहा पूरी लाइन लिखो बेटे सोक्यो मंदा आखे जिथे मेरा जा बेटे गुरुआं दा योगदान विच गुरुआं दा योगदान विच पूरी लाइन लिखो औरत दे उपर हो रहे जुल्मां नूं रोकण लई गुरु नानक देव जी ने जोरदार आवाज उठांदिया कहा सो क्यों मंदा आखिए जित चंगे राजान और जो कि संसार दी जननी है जगत जननी है हर इंसान इस संसार दा हर पुरख स्त्री तो जन्म लेंदा है राजे महाराजे भी स्त्री तो ही पैदा हुए हैं राजे महाराजे भी स्त्री तो ही पैदा हुए हैं संसार वेच कोई भी जी अजिया नहीं सिर्फ कोई भी जीव अजिया नहीं जो स्त्री तो पैदा ना हुआ होवे सिर्फ एक परमात्मा ही है जिसकी होंद सिर्फ परमात्मा ही है जिसकी होंद स्त्री तो बिना स्वीकारी गई है सिर्फ एक सच्चा परमात्मा ही है इत कोटेशन लिखो नानक भंडे बारा इको सच्चा सोए नानक भंडे बारा भंडे नहीं इस्त्री तो बिना इस्त्री तो बिना कौन है सिर्फ एक परमात्मा इस्त्री तो बिना किसी होन से करी यदा मतलब इस्त्री का दर्जा किने बराबर है रब का दर्जा है रब का दर्जा है नानक पंडे बारा इको सच्चा सोए नानक जी की कहते हैं पंडे बारा इको सच्चा सोए सच्चा मीन परमात्मा नेक्स्ट शक्ति दा सोमा अगला टाइटल दियो जगत जननी पहला टाइटल जगत जननी सी देन शक्ति दा सोमा औरत शक्ति शक्ति दा सोमा है शक्ति दी देवी है इस सृष्टि नु गतिमान रखन लई चलायमान रखन लई इस संसार नु चलायमान रखन लई
महान शक्ति को अपमानित करना, महान शक्ति को अपमानित करना शोभा नहीं दिंदा। शक्ति का सोमा है और इस संसार को चलायमान रखने लई साधन शक्ति की देवी, शक्ति की देवी है और संसार को चलायमान रखने लई गतिमान रखने लई अजेय शक्ति की देवी नू महान शक्ति नू तिरस्कारना, अपमानित करना, अपमानित करना शोभा नहीं दिंदा। इसका दर्जा संसार में सारे जीवों तो ऊंचा है। इसका दर्जा किसा औरत का भावे वह धी के रूप च, भैन के रूप, मां के रूप, दादी के रूप, प्रेमिका के रूप, हर रूप उसके चेहरे तो, चेहरे के रूप चेहरे तो की झलकता ममता की मूरत है। अगला पढ़ लिखो ममता की मूरत, औरत ममता की मूरत है। अगला पॉइंट एक्सप्लेन करो, औरत जो कि प्रेम की मूरत है, भैन के रूप, धी के रूप, मां के रूप, पत्नी, प्रेमिका, स्त्री के रूप, उसके चेहरे तो हर रूप प्रेम झलकता है, प्रेम झलकता है। समाज विच औरत, समाज विच औरत मर्द दे वांग ही, औरत मर्द दे वांग ही प्यार ते, प्यार ते सतिकार दी हकदार है, प्यार ते सतिकार दी हकदार है। स्त्री जो के प्यार, सुंदरता, कोमलता, ममता, त्याग, सहनशीलता, किवें मां बच्चे नूं पालदी ना दुख सह सह के, ठीक है, के सोचदी है कि आने वाली जिंदगी जदा चानण मुनारा होएगा अपने बच्चे लई, किन्नियां उम्मीदां रखदी है। कोमलता, त्याग, कुर्बानी, सिदक दी मूरत है, मुजस्मा है, मुजस्मा सोमा है। औरत हुण कमजोर नहीं है हर खेतर दे विच, ए लास्ट है, हर खेतर दे विच मर्दां दे नाल मोटे नाल मोटा छोड़ के, औरत हुण कमजोर नहीं हर खेतर दे विच मोटे नाल मोटा छोड़ के, मर्द दे बराबर जिथे ओह जिथे हो, जिंदगी दियां जरूरतां नूं पूरा करन लई अपने पति दा साथ दिंदी है, उत्थे हर जिम्मेवारी नूं बड़ी नेक सोच दे नाल, हर जिम्मेवारी नूं बड़े सलीके दे नाल सुंदर ढंग दे नाल निभांदी है। इस करके औरत दा सतिकार करना, औरत दा सतिकार करना सब तो वड्डा धर्म है। राष्ट्रीय निर्माण में, राष्ट्रीय निर्माण में औरत दा बहुत वड्डा योगदान है। राष्ट्रीय निर्माण में, राष्ट्रीय निर्माण विच भी औरत दा बहुत वड्डा योगदान है। अजेही नेक सोच, प्यार दी मूरत, औरत दा हमेशा सतिकार करना चाहिदा है। सतिकार करना चाहिदा है। औरत दे प्रति हर इंसान दी सोच,
ਹਰ ਇਨਸਾਨ ਦੀ ਸੋਚ ਸਤਿਕਾਰ ਤੇ ਸਤਿਕਾਰ ਦੀ ਭਾਵਨਾ ਵਾਲੀ ਤੇ ਨੇਕ ਹੋਣੀ ਚਾਹੀਦੀ ਹੈ। ਹੁਣ ਆਪਣੇ ਤਕਰੀਬਨ ਸਾਰੇ ਲੇਖ ਕੰਪਲੀਟ ਹੋ ਗਏ। ਸਮੇਂ ਦੀ ਕਦਰ ਨੋਟ ਕਰ ਲਓ, ਹੁਣ ਜੋ ਤੁਹਾਡੇ ਸਿਲੇਬਸ ਨੇ, ਸਮੇਂ ਦੀ ਕਦਰ, ਮਾਤ ਭਾਸ਼ਾ, ਮਿੱਠਤ ਨੀਵੀ ਨਾਨਕਾ ਗੁੰਚਣੀਆਂ ਕਰ, ਮਨ ਜਿੱਤੇ ਜਗਜੀਤ, ਸੋ ਕਿਉਂ ਮੰਦਾ ਕੇ ਜਿਸ ਜੰਮੇ ਰਾਜਾਨ, ਇੱਕ ਚੁੱਪ ਸੋ ਸੋ, ਇਹਦੇ ਕੋਲ ਕਿਸੇ ਪ੍ਰੇਰ ਕਰਨਾ ਹੈ।